ਸਸਰੀਕਾਲ ਕਬੀਰ ਜੀ ਠੀਕ ਠਾਕ ਜੀ ਵਧੀਆ ਜੀ ਭਾਜੀ ਕਬੀਰ ਜੀ ਤੁਸੀਂ ਦੱਸੋ ਘਰ ਪਰਿਵਾਰ ਠੀਕ ਹੈ ਬਹੁਤ ਵਧੀਆ ਜੀ ਹੋਰ ਕੰਮ ਧੰਦਾ ਠੀਕ ਹੈ ਬਸ ਭਾਜੀ ਕੰਮ ਦੀ ਨਾ ਪੁੱਛੋ ਇੰਨਾ ਮੰਦਾ ਆਇਆ ਹੋਇਆ ਨਾ ਕਿ ਆਉਣ ਵਾਲੇ ਟਾਈਮ 'ਚ ਫੋਟੋਗ੍ਰਾਫਰਾਂ ਦਾ ਆਹ ਹਾਲ ਹੋਣਾ ਕੀ ਹੋਇਆ ਆਹ ਦੇਖੋ ਯਾਰ ਕਿਤੇ ਕੁੱਤੇ ਵੀ ਨੇ ਪਿੱਛੇ ਲੱਗ ਜਾਣ ਆ ਫੋਟੋਆਂ ਚਾਲੋ ਵੀਰ ਫੋਟੋਆਂ ਚਾਲੋ ਜੀ ਪਾਸਪੋਰਟ ਫੋਟੋਆਂ ਬਣਵਾ ਲਓ ਜੀ ਭਾਈਆਂ ਦੀਆਂ ਭਰਜਾਈਆਂ ਦੀਆਂ ਚਾਚੀਆਂ ਦੀਆਂ ਜੀ ਤਾਈਆਂ ਦੀਆਂ ਫੋਟੋਆਂ ਚਾਲੋ ਜੀ ਛੋਟੇ ਬੱਚਿਆਂ ਦੇ ਪਾਸਪੋਰਟ ਫੋਟੋ ਬਣਵਾ ਲਓ ਜੀ ਫਰੇਮ ਲੈ ਲਓ ਜੀ ਐਲਬਮਾਂ ਲੈ ਲਓ ਜੀ ਫਿਲਮਾਂ ਲੈ ਲਓ ਜੀ ਹੋਰ ਭਾਜੀ ਕਿੱਧਰ ਵਧੀਆ ਭਾਜੀ ਬਸ ਇੱਥੇ ਹੀ ਕਰੀ ਜਾਂਦੇ ਹਾਂ ਜੀ ਕੰਮ ਕਾਰ ਥੋੜਾ ਮੋਟਾ ਜਿਹਾ ਜੀ ਕੋਈ ਸਕੀਮ ਸਕੂਮ ਵੀ ਹੈਗੀ ਹਾਂਜੀ ਭਾਜੀ ਛੋਟੇ ਬੱਚਿਆਂ ਦੀਆਂ ਫੋਟੋਆਂ ਚਾਲੋ ਭਾਜੀ ਐਡਮਿਸ਼ਨ ਵੇਲੇ ਕੰਮ ਆਉਣਗੀਆਂ ਜੀ ਬਜ਼ੁਰਗਾਂ ਦੀਆਂ ਪਾਸਪੋਰਟ ਫੋਟੋਆਂ ਬਣਵਾ ਲਓ ਜੀ ਪੈਨਸ਼ਨ ਵੇਲੇ ਕੰਮ ਆਉਂਦੀਆਂ ਨੇ ਜੀ ਭਾਜੀ ਬਾਜ਼ਾਰ ਤੋਂ ਘੱਟ ਹੀ ਲਾਵਾਂਗੇ 10 ਰੁਪਏ ਚਿੰਤਾ ਨਾ ਕਰੋ ਜੀ ਹਾਂ ਭਾਜੀ ਭਾਜੀ ਵੀਜੇ ਦੀ ਫੋਟੋ ਅੱਜ ਤੱਕ ਜਿਹਦੀ ਖਿੱਚੀ ਆ ਨਾ ਮੁੰਡਾ ਕੈਨੇਡਾ ਗਿਆ ਸਮਝੋ ਪੱਕਾ ਕਦੇ ਫਾਈਲ ਫੇਲ ਨਹੀਂ ਹੋਈ ਹੋਰ ਭਾਜੀ ਭਾਬੀ ਨਾਲ ਕੋਈ ਸੈਲਫੀ ਦਾ ਪ੍ਰਿੰਟ ਕਢਾਣਾ ਹੋਵੇ ਜੀ ਆ ਕੀ ਕਹਤਾ ਭਾਜੀ ਕੱਲ ਤਾਂ ਹਾਲੇ ਲੜਾਈ ਹੋਈ ਆ ਯਾਦ ਕਰ ਲੈਣਾ ਜੀ ਜ਼ਰੂਰ ਜੀ ਜ਼ਰੂਰ ਭਾਜੀ ਆ ਲੋ ਭਾਜੀ ਤੁਸੀਂ ਵੀ ਜੀ ਵਾਹ ਜੀ ਵਾਹ ਪਰਮਿੰਦਰ ਨਾਮ ਹੈ ਹਾਂਜੀ ਹਾਂਜੀ ਭਾਜੀ ਪਰਮਿੰਦਰ ਸਿੰਘ ਅੰਬਾਲਾ ਭਾਜੀ ਠੀਕ ਹੈ ਭਾਜੀ ਸਤਿ ਸ੍ਰੀ ਅਕਾਲ ਆ ਫੋਟੋਆਂ ਚਾਲੋ ਜੀ ਫੋਟੋਆਂ ਚਾਲੋ ਆ ਫੋਟੋਆਂ ਚਾਲੋ ਵੀਰ ਫੋਟੋਆਂ ਚਾਲੋ ਜੀ ਸਰਦਾਰ ਜੀ ਰੁਕ ਕੇ ਜਰਾ ਜੀ ਮੇਰੇ ਮੁੰਡੇ ਦੇ ਵੀ ਫੋਟੋਆਂ ਖਿੱਚ ਕੇ ਜਾਣਾ ਜੀ ਆਜੋ ਜੀ ਆਜੋ ਜੀ ਆਜੋ ਹਾਂਜੀ ਭਾਜੀ ਦੇਖਿਆ ਕਬੀਰ ਜੀ ਆਹ ਤੇ ਦੇਖਣੇ ਪੈਣੇ ਆਪਾਂ ਨੂੰ ਪਰਮਿੰਦਰ ਦੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਸ ਕਰਕੇ ਫੋਟੋਗ੍ਰਾਫਰ ਵੀਰੋ ਜਰਾ ਸੰਭਲ ਕੇ ਚਲੋ ਕਿਤੇ ਆਹ ਦਿਨ ਆਪਾਂ ਨੂੰ ਸੱਚੀ ਨੂੰ ਨਾ ਦੇਖਣੇ ਪੈ ਜਾਣ ਸਤਿ ਸ੍ਰੀ ਅਕਾਲ